ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੀ ਦਾਤੀ ਸਰਬੰਸ ਦਾਨੀ ਸਭ ਥਾਂ ਜੀ ਸਤਿਗੁਰਾਂ ਦੇ ਸਾਜੇ ਨਵਾਜੇ ਪੰਜ ਪਿਆਰੇ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, 40 ਮੁਕਤੇ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਨਿਸ਼ਾਨ ਸਾਹਿਬਾਂ ਝੰਡਿਆਂ ਬੁੰਗਿਆਂ ਜੋੜ ਮੇਲਿਆਂ ਜੀ ਕੇ ਦਰਸ਼ਨ ਦੀਦਾਰ ਦਾ ਧਿਆਨ ਧਰ ਬੋਲੋ ਜੀ ਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਨਾਮ ਚਿਤਾਵੈ ਚੇਤਾਵਨ ਕਾ ਸਦਕਾ ਸਰਵ ਸੁਖ ਹੋਵੈ ਜੀ। ਬਖਸ਼ਿਓ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਆਪ ਦੀ ਗੁਰਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ, ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਕੀ ਤਾਣ, ਨਿਉਟਿਆਂ ਕੀ ਓਟ, ਕਰਨ ਕਾਰਨ ਫਤਤ ਪਾਵਨ, ਕਿਰਪਾ ਨਿਧਾਨ, ਅੰਤਰਜਾਮੀ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਕਾਲ ਪੁਰਖ ਗਰੀਬ ਨਿਵਾਜ ਜੀ, ਆਪ ਜੀ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਆਪ ਜੀ ਦੀ ਕਿਰਪਾ ਸਤਿਕਾਰ ਸਮੂਹ ਨਗਰ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਨੇ ਮਿਲ ਕਰਕੇ ਮਹਾਰਾਜ ਸ਼ਹੀਦੀ ਪੰਦਰਵਾੜਾ ਮਨਾਉਂਦੇ ਹੋਏ ਅੱਜ ਇਸ ਨਗਰ ਪਿੰਡ ਬ੍ਰਾਹਮਣ ਮਾਜਰਾ ਵਿਖੇ ਮਹਾਰਾਜ ਜੀ ਨਗਰ ਕੀਰਤਨ ਪ੍ਰਾਰੰਭ ਕਰਨ ਦੀ ਮਹਾਰਾਜ ਤਿਆਰੀਆਂ ਕੀਤੀਆਂ ਹਨ। ਹਰ ਪ੍ਰਕਾਰ ਆਪ ਜੀ ਨੇ ਸਹਾਈ ਹੋਣਾ, ਸਹਾਇਤਾ ਕਰਨੀ ਰਸਤੇ ਵਿੱਚ ਮਹਾਰਾਜ ਬਾਦ ਕਾਰਡ ਹਰ ਪ੍ਰਕਾਰ ਸਿਰ 'ਤੇ ਮਿਹਰ ਪ੍ਰਿਆਸਤ ਰੱਖ ਕੇ ਸੇਵਾ ਲੈਣੀ, ਚੜ੍ਹਦੀ ਕਲਾ ਬਖਸ਼ੀ ਨੇ ਮਹਾਂ ਦੁੱਖਾਂ ਦਲਿੱਦਰਾਂ ਵਿਘਨਾਂ ਦਾ ਨਾਸ ਕਰਨਾ, ਆਪਣੇ ਭਜਨ ਦਾ ਪ੍ਰਕਾਰ ਕਰਨਾ, ਆਪਣਾ ਨਾਮ ਜਪਾਉਣਾ, ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਸਿਰ 'ਤੇ ਮਿਹਰ ਪ੍ਰਿਆਸਤ ਰੱਖ ਕੇ ਸੇਵਾ ਲੈਣੀ, ਕਿਰਪਾ ਕਰੋ ਇਸਨੇ ਮਹਾਰਾਜ ਜੀ ਪਾਲਕੀ ਸਾਹਿਬ ਸੁਸੋਧ ਹੋਣ ਵਾਸਤੇ ਮਹਾਰਾਜ ਜੀ ਆਪ ਜੀ ਚਰਨਾਂ 'ਚ ਬੇਨਤੀ ਅਰਦਾਸ ਕਰ, ਕਿਰਪਾ ਕਰੋ ਸੇਵਾ ਕਰਨ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮਿਲ, ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤਾ ਵੈ, ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ Thank you.
ਦਰਬਾਰ ਸਾਹਿਬਜ਼ਾਦੀ ਚਾਲੀ ਮੁਕਤੇ ਸੋਹਣ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਹੇ ਗ੍ਰੀ ਨਿਵਾਸ ਅੰਤਰ ਜਾਮੀ ਸਤਿਗੁਰੂ ਜੀ ਆਪ ਜੀ ਕੇ ਚਰਨਾਂ ਦੀ ਬੇਨਤੀ ਅਰਦਾਸ ਹੈ ਮਹਾਰਾਜ ਜੀ ਆਪ ਜੀ ਦੀ ਕਿਰਪਾ ਕੀਤੀ ਹੈ ਮਹਾਰਾਜ ਜੀ ਉਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੇ ਮਹਾਰਾਜ ਜੀ ਨਗਰ ਕੀਰਤਨ ਪ੍ਰਾਰੰਭ ਕਰਦੀਆਂ ਦਿਆਰੀਆਂ ਕੀਤਾ ਮਹਾਰਾਜ ਦੇ ਸਰੂਪ ਪਾਲਕੀ ਸਾਹਿਬ ਵਿੱਚ ਵਿੱਚ ਸੋਭਤ ਹੋਏ ਹਨ ਮਹਾਰਾਜ ਕਿਰਪਾ ਕਰੋ ਨਗਰ ਕੀਰਤਨ ਪ੍ਰਾਰੰਭ ਕਰਨ ਦਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਣਾਮ ਸ਼ਹੀਦਾਂ ਨੂੰ ਇਸ ਅਸਥਾਨ 'ਤੇ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਛੱਡਿਆ ਸੀ ਉਦੋਂ ਭੱਠਾ ਸਾਹਿਬ ਤੋਂ ਹੁੰਦਿਆਂ ਹੋਇਆਂ ਇਸ ਅਸਥਾਨ ਦਾ ਨਾਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਸਵੀਂ ਹੈ ਇਸ ਅਸਥਾਨ 'ਤੇ ਗੁਰੂ ਸਾਹਿਬ ਆਏ ਸੀ ਪੰਜ ਸਿੰਘਾਂ ਸਮੇਤ ਵੱਡੇ ਸਾਹਿਬਜ਼ਾਦੇ ਸਮੇਤ 40 ਸਿੰਘਾਂ ਸਮੇਤ ਇਸ ਅਸਥਾਨ 'ਤੇ ਮਹਾਰਾਜ ਨੇ ਬੌਲੀ ਸਾਹਿਬ ਸੁਭਾਵਾਨ ਹੈ ਇਸ ਸਥਾਨ 'ਤੇ ਮਹਾਰਾਜ ਨੇ ਇਸ਼ਨਾਨ ਕੀਤਾ ਸੀ ਉਪਰੰਤ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਗੁਰੂ ਸਾਹਿਬ ਇਸ ਸਥਾਨ 'ਤੇ ਆਏ ਸਨ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੀ ਸਥਾਨ 'ਤੇ ਹੁੰਦਿਆਂ ਹੋਇਆਂ ਪਿੰਡ ਬੂਰ ਮਾਜਰਾ ਹੁੰਦਿਆਂ ਹੋਇਆਂ ਚਮਕੌਰ ਸਾਹਿਬ ਦੀ ਗੜੀ ਜਾ ਕੇ ਵਿਰਾਜੇ ਸਨ ਇਸ ਸਥਾਨ 'ਤੇ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ 'ਤੇ ਨਗਰ ਕੀਰਤਨ ਅੱਜ ਕੱਢਣ ਲੱਗੇ ਹੋਏ ਵੱਖ ਵੱਖ ਪਿੰਡਾਂ 'ਤੇ ਹੁੰਦਿਆਂ ਹੋਇਆਂ ਇਸ ਸਥਾਨ 'ਤੇ ਸ਼ਾਮ ਨੂੰ ਸਮਾਪਤੀ ਹੋਵੇਗੀ ਸਲਾਨਾ ਸ਼ਹੀਦੀ ਜੋੜ ਮੇਲਾ 19-21 ਤਰੀਕ ਦਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਤਿਸੰਗ ਜੀ ਜੋ ਇਹ ਸ਼ਹੀਦੀ ਪੰਦਰਵਾੜਾ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਹਨ ਅੱਜ ਪਿੰਡ ਬ੍ਰਾਹਮਣ ਮਾਜਰਾ ਵਿਖੇ ਜੋੜ ਮੇਲੇ ਦੇ ਪਹਿਲੇ ਦਿਨ ਨਗਰ ਕੀਰਤਨ ਪ੍ਰਾਰੰਭ ਹੋ ਰਿਹਾ ਹੈ ਜੋ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਰੰਭ ਹੋ ਕੇ ਵੱਖ ਵੱਖ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਇਸੇ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਸੋ ਇਹ ਜੋ ਸ਼ਹੀਦੀ ਪੰਦਰਵਾੜਾ ਗੁਰੂ ਕਾਲਗੀ ਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਸਮੇਤ ਅਤੇ 40 ਸਿੰਘਾਂ ਦੇ ਸਮੇਤ ਇਸ ਨਗਰ ਕੇ ਪਹੁੰਚੇ ਹੈ ਅਤੇ ਸਤਿਗੁਰੂ ਮਹਾਰਾਜ ਨੇ ਇਸ ਸਥਾਨ 'ਤੇ ਪਵਿੱਤਰ ਵਾਰ ਚਰਨ ਪਾਏ ਹਨ ਅਤੇ ਜੋ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਖੂਹ ਹੈ ਉਸ 'ਤੇ ਮਹਾਰਾਜ ਜੀ ਨੇ ਪੰਜ ਸ਼ਨਾਨਾ ਕੀਤਾ ਅਤੇ ਸਿੰਘਾਂ ਨੇ ਪੰਜ ਸ਼ਨਾਨਾ ਕੀਤਾ ਸੋ ਸਤਿਗੁਰੂ ਮਹਾਰਾਜ ਇੱਥੇ ਇਸ ਥਾਂ ਤੋਂ ਫਿਰ ਅੱਗੇ ਪਿੰਡ ਬ੍ਰਾਹਮਣ ਮਾਜਰ ਤੋਂ ਦੂਰ ਮਾਜਰਾ ਵਿਖੇ ਹੁੰਦੇ ਹੋਏ ਸ਼੍ਰੀ ਚਮਕੌਰ ਸਾਹਿਬ ਦੀ ਕੱਚੀ ਵਿਖੇ ਮਹਾਰਾਜ ਪਹੁੰਚੇ ਹਨ ਇਹ ਸਤਿਗੁਰੂ ਮਹਾਰਾਜ ਦਾ ਇਤਿਹਾਸ ਹੈ ਸੋ ਆਪਾਂ ਸਤਿਗੁਰਾਂ ਦੇ ਸਾਰ ਨਾਲ ਜੁੜੀਏ ਗੁਰਸਿੱਖੀ ਨੂੰ ਧਾਰਨ ਕਰੀਏ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ
ਬਿਨ ਰੋ
Thank you.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਜੋ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਪਿੰਡ ਬਾਹਮਣ ਮਾਜਰੇ ਤੋਂ ਚੱਲ ਕੇ ਅੱਜ ਜੋ ਨਗਰ ਕੀਰਤਨ ਪਿੰਡ ਚੈੜੀਆਂ ਦੇ ਵਿੱਚ ਹੁਣ ਪੁੱਜਿਆ ਹੋਇਆ, ਸਾਰੀਆਂ ਸੰਗਤਾਂ ਸਵਾਗਤ ਕਰ ਰਹੀਆਂ ਨੇ ਅਤੇ ਕਾਕਰੋਂ, ਕਿਸ਼ਨਪੁਰਾ, ਹੋਰ ਸਾਰੇ ਪਿੰਡਾਂ ਨੂੰ ਘੁੰਮ ਕੇ ਫਿਰ ਬਾਹਮਣ ਮਾਜਰੇ ਇਹਦੀ ਸਮਾਪਤੀ ਹੋਣੀ ਹੈ। ਅਤੇ ਸ਼ਹੀਦੀ ਪੰਦਰਵਾੜੇ ਵਿੱਚ ਸੰਗਤਾਂ ਨੂੰ ਵੱਧ ਤੋਂ ਵੱਧ ਪਾਠ ਕਰਨਾ ਚਾਹੀਦਾ ਹੈ ਅਤੇ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੇ, ਪੂਰੇ ਪਰਿਵਾਰ ਦੀ ਕੁਰਬਾਨੀ ਬਾਰੇ ਜ਼ਰੂਰ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਜੋ ਸ਼ਹੀਦੀ ਪੰਦਰਵਾੜਾ ਕਾਹਦੇ ਲਈ ਮਨਾਇਆ ਜਾਂਦਾ ਹੈ। ਤਾਂ ਹੁਕਮ ਮੰਨਾਵੇ ਇਸ ਪੀੜ੍ਹੀ
ਖੋਲੋ ਹੈ ਨਾ, ਫਿਰ ਖੋਲੋ ਫਿਰ ਖੋਲੋ। ਪਿੰਡ ਭੂਪ ਨਗਰ ਇਸ ਸ਼ਹੀਦੀ ਜੋੜ ਮੇਲੇ ਸੰਬੰਧੀ ਜੋ ਨਗਰ ਕੀਰਤਨ ਪਿੰਡ ਬੰਬ ਬਣ ਜਿਹੜੇ ਚੱਲ ਕੇ ਚੈੜੀਆਂ ਬੰਬ ਨੂੰ ਚੱਲੇ ਚੈੜੀਆਂ ਕਾਕਰੋਂ ਭੂਪ ਨਗਰ ਤਾਜਪੁਰਾ ਕਿਸ਼ਨਪੁਰਾ ਅਕਰਾਲ ਮਾਜਰਾ ਟੱਲਗੜ੍ਹ ਅਤੇ ਆਦਿ ਪਿੰਡਾਂ 'ਚ ਚੱਲ ਕੇ ਸਾਡੇ ਪਿੰਡ ਭੂਪ ਨਗਰ ਪਹੁੰਚਿਆ ਹੈ। ਅਸੀਂ ਤਾਂ ਬਹੁਤ ਸ਼ਰਧਾ ਫੁੱਲ ਭੇਟ ਕਰਦੇ ਹਾਂ ਜਿਹਨਾਂ ਸਾਹਿਬਜ਼ਾਦਿਆਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ, ਸਾਨੂੰ ਜਿਉਣਾ ਸਿਖਾਇਆ, ਅਣਖ ਦੇ ਨਾਲ ਲੜੇ। ਸੋ ਅਸੀਂ ਇਹਨਾਂ ਨੂੰ ਸ਼ਰਧਾ ਫੁੱਲ ਭੇਟ ਕਰਦੇ ਹੋਏ ਨਗਰ ਕੀਰਤਨ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਉਰੇ ਆ ਜਾਓ ਬਾਬਾ, ਆਪੇ
ਗੱਡੀ ਕਢਾਇਓ ਭਾਜੀ ਵਿੱਚੋਂ। ਬੈਗ ਦਿਖਾਣੀ ਆ ਬੈਠੋ।
ਕਦਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਤ ਹੀ ਸੁਖ ਦਿਹਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇ 6 ਪੋਹ ਤੋਂ ਲੈ ਕੇ ਆਪਣਾ ਸਾਰਾ ਸਰਬੰਸ ਆਪਣੀ ਸਿੱਖ ਸੰਗਤਾਂ 'ਤੇ ਵਰਦਾਨ ਕਰ ਦਿੱਤਾ ਹੈ। ਪਹਿਲਾਂ ਤਾਂ ਸਾਹਿਬਜ਼ਾਦਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਕੋਟ ਕੋਟ ਪ੍ਰਣਾਮ। ਉਹਨਾਂ ਦੀ ਅੱਜ ਯਾਦਗਾਰ ਦੇ ਵਿੱਚ ਸਾਲਾਨਾ ਯਾਦ ਸ਼ਹੀਦੀ ਦਿਵਸ ਮਨਾਉਂਦੇ ਹੋਏ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਬ੍ਰਾਹਮਣ ਮਾਜਰਾ ਸਾਹਿਬ ਤੋਂ ਨਿਕਲਿਆ ਹੈ, ਉਸ ਦੇ ਵਿੱਚ ਅਸੀਂ ਆਪਣੇ ਥਾਣਾ ਸਿੰਘ ਭਗਵੰਤਪੁਰ ਦੀ ਸਾਰੇ ਸਮੂਹ ਸਟਾਫ ਦੀ ਕਿਰਪਾ ਦੇ ਨਾਲ, ਸਾਰਿਆਂ ਦੇ ਸਹਿਯੋਗ ਦੇ ਨਾਲ ਇੱਥੇ ਸੰਗਤ ਦੇ ਪਹੁੰਚਣ 'ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਸੰਗਤ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਕੁਛ ਰਸਦਾਂ ਵੰਡ ਰਹੇ ਹਾਂ। ਇਸ ਲਈ ਤਾਂ ਜੋ ਸਹੀ ਸਿੱਧੀ ਸ਼ਰਧਾਂਜਲੀ ਸਾਹਿਬਜ਼ਾਦਿਆਂ ਅਤੇ ਸਾਰੇ ਪਰਿਵਾਰ ਨੂੰ ਦਿੱਤੀ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਬ੍ਰਹਮ ਮਾਦਰੇ ਵਾਲੇ ਉਹਨਾਂ ਵੱਲੋਂ ਵੀ ਇਤਿਹਾਸ ਦਾ ਸਤਿਕਾਰ ਸਨਮਾਨ ਆਇਆ ਹੈ।
ਕਰਨਾ। ਹੋਰ ਸਾਡੇ ਵੀਰ ਜੀ ਜਿਹੜੇ ਇੱਥੇ ਪੰਜਾਬੀ ਸਾਹਿਬ ਦੀ ਸੇਵਾ ਕਰਦੇ ਨੇ, ਲਖਾਈ ਸਾਹਿਬ ਵੀ ਨੇ, ਉਹਨਾਂ ਵੱਲੋਂ ਵੀ ਇਤਿਹਾਸ ਦਾ ਸਨਮਾਨ ਆਈ ਹੈ। ਦੇਸ਼ਾਂ ਵਿੱਚ ਵੀ ਇਹ ਤੁਹਾਡੀ ਇਸ ਧਰਤੀ ਦਾ ਬੋਲਿਆ ਜਾ ਰਿਹਾ ਹੈ। ਤੋ ਅਰਜ਼ ਕਰਦੇ ਹਾਂ, ਸਰਸਾ ਨਦੀ ਜਦੋਂ ਲੰਘੇ ਆ ਅਤੇ ਉਦੋਂ ਉੱਥੋਂ ਚੱਲ ਕੇ ਇੱਥੇ ਭੱਠਾ ਸਾਹਿਬ ਆਏ ਨੇ ਅਤੇ ਭੱਠਾ ਜਿਹੜਾ ਉਹ ਆਪਦੇ ਕਿਲ੍ਹੇ ਵਿੱਚ ਲੈ ਗਿਆ। ਕਿਲ੍ਹੇ ਵਿੱਚ ਲਿਜਾ ਕੇ ਗੁਰੂ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਕੀਤਾ। ਕਹਿਣ ਲੱਗੇ ਜੀ ਬੈਠੋ ਪਲਕ 'ਤੇ ਸਜੋ। ਮਹਾਰਾਜ ਕਹਿੰਦੇ ਪਲਕਾਂ 'ਤੇ ਬਹਿਣ ਦਾ, ਸੌਣ ਦਾ, ਪੈਣ ਦਾ ਸਮਾਂ ਨਹੀਂ। ਨਿਆਂਗ ਖਾਨ, ਹਕੂਮਤ ਨੇ ਸਾਨੂੰ ਬਾਗੀ ਐਲਾਨ ਦਿੱਤਾ ਅਤੇ ਸਾਡਾ ਘਰ ਵੀ ਛੁਡਾ ਦਿੱਤਾ। ਹਲੇ ਪਤਾ ਨਹੀਂ ਕੀ ਕੁਝ ਹੋਣਾ ਹੈ, ਸਾਨੂੰ ਪਤਾ ਨਹੀਂ ਕਿੰਨਾ ਹਲੇ ਇਸ ਜੁਰਮੀਆਂ ਸਰਕਾਰ ਦੇ ਨਾਲ ਕਿੰਨੀ ਵੱਡੀ ਟੱਕਰ ਲੈਣੀ ਪੈਣੀ ਹੈ। ਇਸ ਵਾਸਤੇ ਜੇ ਵੱਡੇ ਕੌਤਕ ਤਾਂ ਅੱਗੇ ਜਾ ਕੇ ਕਰਨੇ ਹਾਂ, ਇੱਥੇ ਸਮਾਂ ਥੋੜ੍ਹਾ। ਇਹਨੇ ਕਿਹਾ ਸਾਹਿਬਜ਼ਾਦਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਘੋੜੇ 'ਤੇ ਲੱਦ ਕੇ ਲਈ ਆਉਂਦਾ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਕਹਿੰਦੇ ਨਿਆਂਗ ਖਾਨ ਇਸ ਪਲੰਗ ਉੱਤੇ ਇਸ ਸਿੰਘ ਨੂੰ ਲਟਾ ਦੇ, ਜਿਹੜਾ ਪਲੰਗ ਗੁਰੂ ਸਾਹਿਬ ਜੀ ਵਾਸਤੇ ਚੇਚੇ ਤੌਰ 'ਤੇ ਵਿਛਾ ਕੇ, ਸੋਨਾ ਵਿਛਾ ਕੇ ਤਿਆਰ ਕੀਤਾ ਸੀ। ਮਹਾਰਾਜ ਕਹਿੰਦੇ ਇਸੇ ਪਲੰਗ ਉੱਤੇ ਆ ਸਾਡੇ ਸਿੰਘ ਨੂੰ ਇੱਥੇ ਲਟਾ ਕੇ ਇਹਦਾ ਇਲਾਜ ਸ਼ੁਰੂ ਕਰੋ, ਜੇ ਤਾਂ ਬਚ ਗਿਆ ਸਾਡੇ ਕੋਲ ਭੇਜ ਦਿਓ। ਨਾਮ ਨਾਮ ਨਾਮ
ਬੈਗ ਦਿਖਾਣੀ ਕਿ ਸਿੱਧਾ ਰੋਡ ਮਾਜਰਾ ਜਿੱਥੇ ਬਾਹਮਣ ਮਾਜਰੇ ਤੋਂ ਨਗਰ ਕੀਰਤਨ ਵੀ ਪਹੁੰਚ ਚੁੱਕਿਆ ਹੈ।
ਨਿਮਿਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹੈ। ਪੋਲਾ ਮਹੀਨਾ ਸਾਰਾ ਹੀ ਮਹਾਰਾਜ ਦੇ ਖਾਲਸਾ ਸ਼ਹੀਦੀਆਂ ਦੇ ਲੰਘ ਜਾਂਦਾ ਹੈ। ਬੜੇ ਭਾਗਾਂ ਵਾਲੀਆਂ ਸੰਗਤਾਂ ਨੇ ਅਤੇ ਸਾਰੇ ਨਿਆਣੇ ਜਿਹਨਾਂ ਗੁਰੂ ਪਿਆਰੇ ਨੇ ਅਜੇ ਨਹੀਂ ਲੰਗਰ ਛਕਿਆ, ਪ੍ਰਸ਼ਾਦਾ ਨਹੀਂ ਛਕਿਆ, ਉਹ ਵੀ ਲੰਗਰ ਵਿੱਚ ਜਾ ਕੇ ਆਪਣਾ ਚਾਹ ਪਾਣੀ ਦਾ ਲੰਗਰ ਪ੍ਰਸ਼ਾਦਾ ਜੋ ਵੀ ਇੱਛਾ ਹੈ ਉਹਦੇ ਮੁਤਾਬਕ ਛਕ ਕੇ ਜਾਣ। ਇਹ ਬੇਨਤੀ ਪਰਮ ਪਰਮੇਸ਼ਰ ਹੋਈ ਤੇਰੀਆਂ ਮਦਵਾ ਥੱਲੇ ਤਾੜੀ ਮਾਰ ਕੇ ਬਣਾਉਂਦੇ
Oh, yeah.
Yeah.
ਵਧੀਆ ਬਸ Thank you.
ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਨ ਪਰੇ ਕਾਟ ਪਕਰੀ ਪ੍ਰਭ ਸੁਆਮੀ ਸਿਰ ਕਰਵੇ ਸੋ ਹਰਿਸ਼ਤ
ਜਿਹੜਾ ਤੇਗ ਸੁੱਖ ਤੇਗ ਹੈ। ਵਾਹਿਗੁਰੂ ਸਤਿ ਨਾਮ।